early point in my career, I knew that there was a particular route that I wanted to take. Mm-hmm. I wanted to have music that was enlightening. ਜਿਹੜੇ ਕਰਦੇ ਆ ਦਿਲੋਂ ਜੱਟ ਦਾ ਸਦਾ ਉਹਨਾਂ ਨੂੰ ਸਲਾਮ ਹੈ ਜਿਹੜੇ ਪਿੱਠ ਪਿੱਛੇ ਮਾੜਾ ਬੋਲਦੇ ਨਾ ਮੇਰੀ ਉਹਨਾਂ ਨਾਲ ਕਲਾਮ ਹੈ ਆਇਆ ਤੂਫਾਨਾਂ ਨਾਲ ਖੈਂਦੇ ਬੱਲਿਆ ਮੌਤ ਨਾਲ ਪੰਗੇ ਜੱਟ ਲੈਂਦੇ ਬੱਲਿਆ ਕਦੇ ਹਿੰਮਤ ਹਾਰੀ ਨਾ ਗਿਰਗਟ ਵਾਂਗੂ ਰੰਗ ਬਦਲੇ ਨਹੀਂ ਬਦਲੇ ਯਾਰਾਂ ਨੇ ਅਸੂਲ ਪਈ ਯਾਰੀਆਂ ਲਈ 24/7 ਹਾਜ਼ਰਾਂ ਲਾਉਣਾ ਨਾਰਾ ਪਿੱਛੇ ਟਾਈਮ ਆ ਫਜ਼ੂਲ ਪਈ ਹੋ ਨਹੀਂ ਗਿਰਗਟ ਵਾਂਗੂ ਰੰਗ ਬਦਲੇ ਨਹੀਂ ਬਦਲੇ ਯਾਰਾਂ ਨੇ ਅਸੂਲ ਪਈ ਯਾਰੀਆਂ ਲਈ 24/7 ਹਾਜ਼ਰਾਂ ਲਾਉਣਾ ਨਾਰਾ ਪਿੱਛੇ ਟਾਈਮ ਆ ਫਜ਼ੂਲ ਪਈ ਬਹੁਤ ਕੁਝ ਲੁਕਿਆ ਏ ਸਾਡੀ ਚੁੱਪ ਚ ਢੁੱਕਵੇਂ ਨੇ ਬੰਦੇ ਯਾਰਾਂ ਦੇ ਗਰੁੱਪ ਚ ਕਦੇ ਦੁੱਕੀ ਤਿੱਕੀ ਵਾੜੀ ਨਾ ਦੂਰ ਰਹਿੰਦੇ ਆ ਬਸ ਪੋਜ਼ਿਟਿਵ ਰੱਖੀ ਦੇ ਵਿਚਾਰ ਨੇ ਦੋਰਾ ਛੱਡੀਆਂ ਨੇ ਉਸ ਸੱਚੇ ਰੱਬ ਤੇ ਹਾਜੀ ਨਵੀ ਜਿਹੇ ਸਿਰਾ ਮੇਰੇ ਯਾਰ ਨੇ ਹਰ ਪਾਲ ਪਰੇ ਆਰਾ ਮਸਤੀ ਚ ਰਹਿੰਦਾ ਏ ਜਿਹਨੂੰ ਰੱਖਦਾ ਏ ਰੱਬ ਉਹ ਕਿੱਥੇ ਟਹਿੰਦਾ ਏ ਤਾਈਓ ਕੈਮ ਸਰਦਾਰੀ ਆ no filter, yeah, in terms of, you know, what it is that I was bringing to the table.